ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਪ੍ਰੀਤ ਕੌਰ ਈਕੋਸਿੱਖ ਤੋਂ ਅੱਜ ਨੌਲੱਖਾ ਬਾਗ ਗੁਰੂ ਹਰ ਰਾਏ ਜੀ ਦੇ ਜਨਮ ਅਸਥਾਨ ਕੀਰਤਪੁਰ ਸਾਹਿਬ ਵਿਖੇ ਆਈ ਹਾਂ। ਬਹੁਤ ਸੋਹਣਾ ਬਾਗ ਇੱਥੇ ਪ੍ਰਿਜ਼ਰਵ ਕੀਤਾ ਹੈ ਅਤੇ ਮੈਂ ਇਹੀ ਸੋਚ ਰਹੀ ਸੀ ਕਿ ਜੇ ਇਹ ਬਾਗ ਪ੍ਰਿਜ਼ਰਵ ਨਾ ਕੀਤਾ ਜਾਂਦਾ ਤਾਂ ਸਾਡੇ ਕੋਲ ਅੱਜ ਇਤਿਹਾਸ ਵਿੱਚ ਜਾਂ ਅੱਗੇ ਆਉਣ ਵਾਲੀ ਜਨਰੇਸ਼ਨਸ ਨੂੰ ਨਾ ਪਤਾ ਚੱਲਦਾ ਕਿ ਇਹ ਬਾਗ ਦੀ ਕੀ ਖਾਸੀਅਤ ਸੀ ਅਤੇ ਗੁਰੂ ਹਰ ਰਾਏ ਜੀ ਨੇ ਇਹ ਬਾਗ ਨੂੰ ਕਿਉਂ ਬਣਾਇਆ ਸੀ। ਅੱਜ ਮੈਂ ਬੇਨਤੀ ਕਰਦੀ ਹਾਂ ਸਾਰੇ ਸਿੱਖ ਜਗਤ ਵਿੱਚ ਸਾਰਿਆਂ ਨੂੰ ਕਿ 14 ਮਾਰਚ ਨੂੰ ਸਿੱਖ ਵਾਤਾਵਰਨ ਦਿਵਸ 'ਤੇ ਅਸੀਂ ਵੀ ਆਪਣੇ ਇਲਾਕੇ ਵਿੱਚ ਕਿਤੇ ਇੱਕ ਬੂਟਾ ਲਗਾਈਏ, ਅਸੀਂ ਵੀ ਆਉਣ ਵਾਲੀਆਂ ਜਨਰੇਸ਼ਨਸ ਨੂੰ ਦੱਸ ਸਕੀਏ ਕਿ ਸਿੱਖਾਂ ਦਾ ਅਤੇ ਸਿੱਖ ਇਤਿਹਾਸ ਨਾਲ ਪੇੜ ਪੌਦਿਆਂ ਦਾ ਕੀ ਰਿਲੇਸ਼ਨ ਹੈ ਅਤੇ ਕੀ ਇਤਿਹਾਸ ਰਿਹਾ ਹੈ। ਆਓ ਅਸੀਂ ਇਸ 14 ਮਾਰਚ ਨੂੰ ਸਿੱਖ ਵਾਤਾਵਰਨ ਦਿਵਸ ਮਨਾਈਏ ਅਤੇ ਇਤਿਹਾਸ ਰਚੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।